ਨਿਰਭਿਆ ਗੈਂਗਰੇਪ ਤੇ ਮਰਡਰ ਮਾਮਲਾ ਇੱਕ ਵਾਰ ਦੁਬਾਰਾ ਹੁਣ ਕਾਨੂੰਨੀ ਪਚੜਿਆਂ 'ਚ ਪੂਰੀ ਤਰ੍ਹਾਂ ਫਸ ਚੁੱਕਿਆ ਹੈ। ਜਿਹੜੀ ਫਾਂਸੀ ਕੱਲ੍ਹ ਯਾਨੀ 1 ਫਰਵਰੀ ਨੂੰ ਹੋਣੀ ਸੀ ਚਾਰਾਂ ਨੂੰ, ਉਹ ਹੁਣ ਟਾਲ ਦਿੱਤੀ ਗਈ ਹੈ। ਅੱਜ ਪਟਿਆਲਾ ਹਾਊਸ ਕੋਰਟ ਦੇ ਵਿੱਚ ਸੁਣਵਾਈ ਹੋਈ, ਸੁਣਵਾਈ ਤੋਂ ਬਾਅਦ ਜਿਹੜਾ ਡੈਥ ਵਾਰੰਟ ਜਾਰੀ ਹੋਇਆ ਸੀ ਉਹ ਕੈਂਸਲ ਕਰ ਦਿੱਤਾ ਗਿਆ। ਹੁਣ ਅਗਲਾ ਕਦੋਂ ਹੋਏਗਾ ਉਹ ਤਰੀਕ ਉਹਦੀ ਨਹੀਂ ਦਿੱਤੀ ਹੈ। ਪਿਛਲੀ ਵਾਰ 22 ਤਰੀਕ ਨੂੰ ਫਾਂਸੀ ਹੋਣੀ ਸੀ, 22 ਤਰੀਕ ਦਾ ਡੈਥ ਵਾਰੰਟ ਸੀ ਉਹ ਅੱਗੇ ਖਾਰਿਜ ਕਰ ਦਿੱਤਾ ਗਿਆ ਸੀ, ਫਿਰ 1 ਤਰੀਕ ਲਾਈ ਗਈ ਉਹ ਵੀ ਅੱਗੇ ਖਾਰਿਜ ਕਰ ਦਿੱਤੀ ਗਈ। ਹੋਇਆ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜੇ 4 ਆਰੋਪੀ ਨੇ ਉਹ ਪੂਰੀ ਤਰ੍ਹਾਂ ਕਾਨੂੰਨੀ ਜਿਹੜੇ ਦਾਂ ਪੇਚ ਨੇ ਉਹਨਾਂ ਦੇ ਵਕੀਲ ਉਹ ਯੂਜ਼ ਕਰ ਰਹੇ ਨੇ। ਪਹਿਲਾਂ 22 ਤਰੀਕ ਨੂੰ ਜਦੋਂ ਫਾਂਸੀ ਹੋਣੀ ਸੀ ਉਸ ਵਕਤ ਇੱਕ ਆਰੋਪੀ ਨੇ, ਇੱਕ ਜਿਹੜਾ ਦੋਸ਼ੀ ਹੈ ਉਹਨੇ ਰਾਸ਼ਟਰਪਤੀ ਕੋਲ ਦਇਆ ਯਾਚਿਕਾ ਆਪਣੀ ਮਰਸੀ ਪਟੀਸ਼ਨ ਲਾਈ। ਉਹਦਾ ਹਵਾਲਾ ਕੋਰਟ ਦੇ ਵਿੱਚ ਦਿੱਤਾ ਗਿਆ ਕਿ ਦੇਖੋ ਜੀ, ਇਹਦੀ ਦਇਆ ਯਾਚਿਕਾ, ਇਹਦੀ ਮਰਸੀ ਪਟੀਸ਼ਨ ਰਾਸ਼ਟਰਪਤੀ ਕੋਲ ਹੈ, ਜਦੋਂ ਤੱਕ ਖਾਰਿਜ ਨਹੀਂ ਹੁੰਦੀ ਤੁਸੀਂ ਫਾਂਸੀ ਨਹੀਂ ਦੇ ਸਕਦੇ। ਫਿਰ ਕੋਰਟ ਨੇ ਕੁਝ ਦਿਨਾਂ ਦਾ ਸਮਾਂ ਹੋਰ ਦਿੱਤਾ, 1 ਤਰੀਕ ਤੱਕ ਫਾਂਸੀ ਇਹਨਾਂ ਨੂੰ ਡੈਥ ਵਾਰੰਟ ਜਾਰੀ ਕੀਤਾ। ਹੁਣ ਹੋਇਆ ਇਹ ਹੈ ਕਿ ਇੱਕ ਦਿਨ ਪਹਿਲਾਂ ਹੀ ਇੱਕ ਦੂਜੇ ਦੋਸ਼ੀ ਨੇ ਆਪਣੀ ਮਰਸੀ ਪਟੀਸ਼ਨ ਲਾਤੀ ਅਤੇ ਕਿਹਾ ਕਿ ਇਹਦੀ ਮਰਸੀ ਪਟੀਸ਼ਨ ਪਈ ਹੋਈ ਹੈ, ਇਸ ਕਰਕੇ ਤੁਸੀਂ ਉਦੋਂ ਤੱਕ ਫਾਂਸੀ ਨਹੀਂ ਦੇ ਸਕਦੇ ਜਦੋਂ ਤੱਕ ਮਰਸੀ ਪਟੀਸ਼ਨ ਖਾਰਿਜ ਨਹੀਂ ਹੁੰਦੀ। ਇੱਕ ਜਿਹੜਾ ਦੋਸ਼ੀ ਨਾਬਾਲਿਗ ਸੀ, ਜਿਹੜਾ ਕਹਿੰਦਾ ਕਿ ਮੈਂ ਨਾਬਾਲਿਗ ਸੀ ਉਸ ਵਕਤ, ਉਹਨੇ ਵੀ ਆਪਣੀ ਪਟੀਸ਼ਨ ਲਾਈ ਹੋਈ ਸੀ, ਹਾਲਾਂਕਿ ਉਹ ਰਿਜੈਕਟ ਹੋ ਗਈ। ਤਾਂ ਜਿਹੜਾ ਰਾਸ਼ਟਰਪਤੀ ਦਾ ਫੈਸਲਾ ਆਉਂਦਾ ਹੈ ਉਹਨੂੰ ਵੀ ਚੈਲੇਂਜ ਕਰ ਦਿੱਤਾ ਜਾਂਦਾ ਹੈ ਸੁਪਰੀਮ ਕੋਰਟ ਦੇ ਵਿੱਚ, ਕਿਊਰੇਟਿਵ ਪਟੀਸ਼ਨ ਲਾਈ ਜਾਂਦੀ ਹੈ। ਪਿਛਲੇ ਕਰੀਬ 15-20 ਦਿਨ ਦੇ ਵਿੱਚ ਹੀ ਜਦੋਂ ਦਾ ਡੈਥ ਵਾਰੰਟ ਇਸ਼ੂ ਹੋਇਆ ਸੀ ਉਸ ਤੋਂ ਬਾਅਦ ਕਰੀਬ 10-11 ਪਟੀਸ਼ਨਾਂ ਆਰੋਪੀਆਂ ਜਿਹੜੇ ਦੋਸ਼ੀ ਨੇ ਉਹਨਾਂ ਦੇ ਵਕੀਲਾਂ ਵੱਲੋਂ ਲਾਈਆਂ ਗਈਆਂ ਅਤੇ ਹਰ ਵਾਰ ਮਾਮਲਾ ਅਟਕਾਇਆ ਗਿਆ। ਕੋਰਟ ਵੀ ਇਸ ਮਾਮਲੇ ਦੇ ਵਿੱਚ ਉਦੋਂ ਤੱਕ ਕਿਸੇ ਨੂੰ ਫਾਂਸੀ ਨਹੀਂ ਦੇ ਸਕਦਾ ਜਦੋਂ ਤੱਕ ਉਹਦੇ ਕੋਲ ਸਾਰੇ ਵਿਕਲਪ ਉਹ ਯੂਜ਼ ਨਹੀਂ ਕਰ ਲੈਂਦਾ। ਹੁਣ ਉਹਨਾਂ ਕੋਲ ਇਹ ਕਹਿਣ ਨੂੰ ਹੈ ਕਿ ਅਸੀਂ ਦੇਖੋ ਰਾਸ਼ਟਰਪਤੀ ਕੋਲ ਮਰਸੀ ਪਟੀਸ਼ਨ ਪਾਈ ਹੋਈ ਹੈ, ਲਿਹਾਜ਼ਾ ਤੁਸੀਂ ਫਾਂਸੀ ਨਹੀਂ ਦੇ ਸਕਦੇ, ਕੱਲ੍ਹ ਨੂੰ ਅਗਰ ਰਾਸ਼ਟਰਪਤੀ ਨੇ ਮਾਫ਼ ਕਰਤਾ ਅਤੇ ਪਹਿਲਾਂ ਫਾਂਸੀ ਹੋ ਗਈ ਤਾਂ ਸਹੀ ਗੱਲ ਨਹੀਂ ਹੋਏਗੀ। ਇੱਕ ਜਿਹੜਾ ਦੋਸ਼ੀ ਹੈ ਉਹਦੀ ਜਿਹਦੀ ਮਰਸੀ ਪਟੀਸ਼ਨ ਖਾਰਿਜ ਹੋਈ ਹੈ ਉਹਨੂੰ ਫਾਂਸੀ ਦਿੱਤੀ ਜਾ ਸਕਦੀ ਹੈ, ਪਰ ਇਹ ਵੀ ਇੱਕ ਰੂਲ ਹੈ ਕਿ ਕਿਸੇ ਮਾਮਲੇ ਦੇ ਵਿੱਚ ਅਗਰ 4 ਆਰੋਪੀ ਨੇ ਤਾਂ ਚਾਰਾਂ ਨੂੰ ਇਕੱਠੇ ਹੀ ਫਾਂਸੀ ਦਿੱਤੀ ਜਾਏਗੀ, ਇਕੱਲੇ ਨਹੀਂ ਦਿੱਤੀ ਜਾਏਗੀ। ਤਾਂ ਹੁਣ ਚਾਰਾਂ ਦੀ ਜਦੋਂ ਤੱਕ ਸਾਰਾ ਕਾਨੂੰਨੀ ਦਾਅ ਪੇਚ ਉਹਨਾਂ ਦੇ ਖਤਮ ਹੋਣਗੇ, ਵਿਕਲਪ ਖਤਮ ਹੋਣਗੇ, ਫਿਰ ਹੀ ਇਹਨਾਂ ਨੂੰ ਫਾਂਸੀ ਹੋ ਸਕਦੀ ਹੈ। ਅਤੇ ਕਾਨੂੰਨ ਦੇ ਜਾਣਕਾਰੀ ਦੇ ਮੁਤਾਬਿਕ ਹਾਲੇ ਇਹੋ ਜਿਹਾ ਅਗਰ ਰਿਹਾ, ਜਿਸ ਤਰ੍ਹਾਂ ਉਹਨੇ ਵਕੀਲ ਕਹਿ ਰਹੇ ਨੇ ਕਿ ਉਹਨਾਂ ਕੋਲ ਕਾਫੀ ਆਪਸ਼ਨ ਪਏ ਹੋਏ ਨੇ, ਹੋਰ ਵੀ ਕਈ ਚੈਲੇਂਜ ਕਰਨਗੇ ਉਹ, ਤਾਂ ਇਹ ਮੰਨਿਆ ਜਾ ਸਕਦਾ ਕਿ 1.5-2 ਮਹੀਨੇ ਹੋਰ ਲੱਗ ਸਕਦੇ ਨੇ, ਕਿਉਂਕਿ ਇਸ ਵਾਰ ਅਗਲਾ ਡੈਥ ਵਾਰੰਟ ਇਸ਼ੂ ਨਹੀਂ ਕੀਤਾ ਗਿਆ ਹੈ। ਹੁਣ ਦੇਖਣਾ ਹੋਏਗਾ ਕਿ ਅੱਗੇ ਕਦੋਂ ਕੋਰਟ, ਪਟਿਆਲਾ ਹਾਊਸ ਕੋਰਟ ਜਾਂ ਸੁਪਰੀਮ ਕੋਰਟ ਵੱਲੋਂ ਇਸ ਮਾਮਲੇ ਦੇ ਵਿੱਚ ਅਗਲੀਆਂ ਜਿਹੜੀਆਂ ਯਾਚਿਕਾ ਲਾਈਆਂ ਜਾਂਦੀਆਂ ਨੇ ਉਹਦੇ ਵਿੱਚ ਕੀ ਕੁਛ ਨਿਕਲ ਕੇ ਆਉਂਦਾ ਹੈ। ਪਰ 7 ਸਾਲ ਤੋਂ ਲਗਾਤਾਰ ਜਿਹੜੀ ਨਿਆਂ ਦੀ ਉਮੀਦ ਹੈ ਉਹ ਜ਼ਰੂਰ ਲੋਕਾਂ ਦੀ ਅਤੇ ਜਿਹੜੇ ਘਰ ਵਾਲੇ ਨੇ ਜਿਹੜੇ ਵਿਕਟਿਮਸ ਦੇ ਉਹਨਾਂ ਦੀ ਧੁੰਦਲੀ ਹੁੰਦੀ ਜਾ ਰਹੀ ਹੈ, ਕਿਉਂਕਿ ਰੋਜ਼ਾਨਾ ਹੀ ਅਲੱਗ ਅਲੱਗ ਪਟੀਸ਼ਨ ਦੋਸ਼ੀਆਂ ਦੇ ਵਕੀਲਾਂ ਵੱਲੋਂ ਪਾਈ ਜਾਂਦੀ ਹੈ ਅਤੇ ਅਦਾਲਤਾਂ ਦੇ ਵਿੱਚ ਖੱਜਲ ਖੁਆਰ ਉਹ ਪਰਿਵਾਰ ਹੋ ਰਿਹਾ ਜਿਹਨੇ ਜ਼ੁਲਮ ਵੀ ਝੇਲਿਆ ਅਤੇ ਉਹੀ ਅੱਜ ਅਦਾਲਤਾਂ ਦੇ ਚੱਕਰ ਵੀ ਕੱਟ ਰਹੇ ਨੇ। ਦਿੱਲੀ ਤੋਂ ਕੈਮਰਾਮੈਨ ਲਕਸ਼ੇ ਨਾਲ ਨਿਤਿਨ ਦੇਵਾਨ, ਦੈਨਿਕ ਸਵੇਰਾ ਟੀਵੀ। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ, 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬ੍ਰੈਂਪਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ, ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।